ਫੈਸਲਾ ਚਾਹੇ ਦੇਰ ਨਾਲ ਆਇਆ ਕੌਮਤਾ ਜੀ ਪਰ ਸਹੀ ਫੈਸਲਾ ਹੈ ਦੇਸ਼ ਦੀ ਮੰਗ ਸੀ ਲੋਕਾਂ ਦੀ ਮੰਗ ਸੀ ਅਧਿਕਾਰ ਸੀ ਜਨਤਾ ਦਾ ਕਿ ਜਦੋਂ ਤੁਸੀਂ ਮਹਾਮਾਰੀ ਐਲਾਨਿਆ ਹੋਵੇ ਤਾਂ ਕੇਂਦਰ ਨੇ ਮੁੱਖ ਭੂਮਿਕਾ ਨਿਭਾਉਣੀ ਹੁੰਦੀ ਆ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਸੀ ਸੋ ਕੱਲ ਪ੍ਰਧਾਨ ਮੰਤਰੀ ਦਾ ਜਿਹੜਾ ਐਲਾਨ ਆ ਉਹ درست ਹੈ ਜੀ ਸਹੀ ਆ ਹਾਂ ਦੇਰ ਨਾਲ ਆਇਆ ਇਹ ਆਪਣੇ ਆਪ 'ਚ ਸਵਾਲ ਆ ਕਿ ਜਦੋਂ ਕਰੋਨਾ ਦੀ ਦੂਜੀ ਲਹਿਰ ਸੀ ਜਦੋਂ ਕਰੋਨਾ ਪੀਕ ਤੇ ਸੀ ਜਦੋਂ ਲੋਕ ਯੂਜ ਰਹੇ ਸੀ ਜਦੋਂ ਲੋਕਾਂ ਨੂੰ ਸ਼ਮਸ਼ਾਨ ਘਾਟਾਂ 'ਚ ਥਾਂ ਨਹੀਂ ਮਿਲ ਰਹੀ ਸੀ ਹਸਪਤਾਲਾਂ 'ਚ ਥਾਂ ਨਹੀਂ ਮਿਲ ਰਹੀ ਸੀ ਵੈਕਸੀਨ ਦੇ ਦਵਾਈ ਨਹੀਂ ਮਿਲ ਰਹੀ ਸੀ ਜਦੋਂ ਆਕਸੀਜਨ ਸਰਲੰਡਰ ਨਹੀਂ ਮਿਲ ਰਹੇ ਸੀ ਤਦ ਪ੍ਰਧਾਨ ਮੰਤਰੀ ਨੂੰ ਨਜ਼ਰ ਨਹੀਂ ਆਇਆ ਖਾਸੇ ਲੰਮੇ ਸਮੇਂ ਬਾਅਦ ਸਾਹਮਣੇ ਆਏ 32 ਮਿੰਟ ਰਾਸ਼ਟਰ ਦੇ ਨਾਲ ਸੰਬੋਧਨ ਕੀਤਾ ਫਿਰ ਚਿੰਤਾ ਪ੍ਰਗਟਾਈ ਦੁੱਖ ਪ੍ਰਗਟਾਇਆ ਕਿ ਜਿਨ੍ਹਾਂ ਨੇ ਆਪਣੇ ਪਰਿਵਾਰ ਖੋਲੇ ਉਹਨਾਂ ਦੀ ਮੈਨੂੰ ਦੁੱਖ ਆ ਉਹਨਾਂ ਦੀ ਤਕਲੀਫ ਆ ਪਰ 500 ਤੋਂ ਬਾਅਦ ਜਿਹੜੇ ਕਿਸਾਨਾਂ ਨੇ ਜਾਨ ਗਵਾਈ ਉਹਨਾਂ ਦੀ ਉਹਨਾਂ ਨੂੰ ਯਾਦ ਅਜੇ ਤੱਕ ਨਹੀਂ ਆਈ ਕਿਸਾਨ ਜਿਹੜੇ 6 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਨੇ ਧਰਨਿਆਂ ਤੇ ਬੈਠੇ ਨੇ ਬਾਡਰਾਂ ਤੇ ਬੈਠੇ ਨੇ ਉਹ ਕਰੋਨਾ ਦੇ ਸ਼ਿਕਾਰ ਨਾ ਹੋ ਜਾਣ ਇਹਦਾ ਫਿਕਰ ਉਹਨਾਂ ਨੂੰ ਨਹੀਂ ਆਇਆ ਕਿ ਮੈਂ ਉਸ ਕਰੋਨਾ ਕਰਕੇ ਹੀ ਬਿੱਲ ਵਾਪਸ ਲੈ ਲਵਾਂ ਪਰ ਚਲੋ ਵੈਕਸੀਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹੁਣ ਹਰ ਸੁੱਬੇ ਨੂੰ ਮੁਫਤ ਵੈਕਸੀਨ ਅਸੀਂ ਉਪਲਬਧ ਕਰਾਵਾਂਗੇ ਇਹ ਗੱਲ ਕਹੀ ਪ੍ਰਧਾਨ ਮੰਤਰੀ ਨੇ 18 ਸਾਲ ਤੋਂ ਉੱਪਰ ਵਾਲਿਆਂ ਦੇ ਹੁਣ ਦਵਾਈ ਮੁਫਤ ਲੱਗੇਗੀ ਇਹ ਗੱਲ ਕਈ ਪ੍ਰਧਾਨ ਮੰਤਰੀ ਨੇ ਸੋ ਕੱਲ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਇੱਕ ਵਾਰ ਫਿਰ ਕਿ ਵਿਰੋਧੀ ਰੋਲਾ ਪਾਉਂਦੇ ਸੀ ਜੀ ਕੇਂਦਰ ਭੁਮਕਾ ਨਹੀਂ ਨਿਭਾਉਂਦਾ ਐ ਵਿਰੋਧੀ ਕਹਿੰਦੇ ਸੀ ਜੀ ਕੇਂਦਰ ਨਜ਼ਰ ਨਹੀਂ ਆਉਂਦਾ ਲੋ ਜੀ ਹੁਣ ਅਸੀਂ ਸਾਰਿਆਂ ਨੂੰ ਦਵਾਈ ਦਵਾਵਾਂਗੇ ਫਿਰ ਉਹਨਾਂ ਨੇ ਇੱਕ ਹੋਰ ਪੁਰਾਣੇ ਹਵਾਲਾ ਦਿੱਤਾ ਕਿ ਪਹਿਲਾਂ ਵੀ ਮਹਾਮਾਰੀਆਂ ਆਉਂਦੀਆਂ ਸੀ ਤਦ ਵੈਕਸੀਨ ਸਾਲਾਂ ਬੱਧੀ ਲੱਗ ਜਾਂਦੇ ਸੀ ਪਹੁੰਚਣ ਨੂੰ ਹੁਣ ਦੇਖੋ ਕਿੰਨੀ ਛੇਤੀ ਆ ਰਹੀ ਹੈ ਕਿਹੜੇ ਦੌਰ ਦੀ ਗੱਲ ਕਰ ਰਹੇ ਹਾਂ 21ਵੀਂ ਸਦੀ ਚੋਂ ਠੀਕ ਹੈ ਨਾ ਜਹਾਜ਼ ਨੇ ਹੈਲੀਕਾਪਟਰ ਨੇ ਪਾਇਲਟ ਪ੍ਰਾਈਵੇਟ ਪਾਇਲਟ ਨਹਿਰੇ ਕੋਲ ਆਪਣੇ ਆਪਣਾ ਸਾਧਨ ਹੈ ਟੈਕਨੋਲੋਜੀ ਇੰਨੀ ਹਾਈ ਟੈਕ ਹੈ ਕਿ ਇੱਕ ਟਾਈਮ ਚ ਲੱਖਾਂ ਸ਼ੀਸ਼ੀਆਂ ਤਿਆਰ ਹੋ ਜਾਂਦੀਆਂ ਨੇ ਸੇ ਤੁਸੀਂ ਕਿਹੜੇ 47 ਦੇ ਯੁੱਗ ਦੀ ਗੱਲ ਅੱਜ ਰਣ ਕਰ ਰਹੇ ਹੋ ਸੋ ਇਸ ਲਈ ਲੋਕਾਂ ਨੂੰ ਭਰਮ ਚਪਾਉਣ ਦੀ ਅਜੇ ਵੀ ਆਦਤ ਪਰ ਕੱਲ ਸਾਰਾ ਕੁਝ ਜਦੋਂ ਪ੍ਰਧਾਨ ਮੰਤਰੀ ਰਾਸ਼ਟਰੀ ਸਪੋਧਨ ਕਰ ਰਹੇ ਸੀ ਤਦ ਉਹ ਇਹ ਕਹਿ ਰਹੇ ਸੀ ਕਿ ਮੈਂ ਅਸੀਂ ਕੀਤਾ ਸਾਡੀ ਸਰਕਾਰ ਨੇ ਕੀਤਾ ਅਸੀਂ ਕਰਾਂਗੇ ਪਰ ਸਚਾਈ ਇਹ ਹੈ ਕਮਤਾ ਜੀ ਕਿ ਕੱਲ ਕੇਂਦਰ ਸਰਕਾਰ ਨੇ ਫੈਸਲਾ ਨਹੀਂ ਲਿਆ ਜੀ ਜਿਹੜੀ ਤਲਵਾਰ ਲਟਕਾਈ ਨਾ ਸੁਪਰੀਮ ਕੋਰਟ ਨੇ ਉਹਨੇ ਫੈਸਲਾ ਦਵਾਇਆ ਕੱਲ ਉਹ ਫਰੇਮ ਦੇ ਵਿੱਚ ਉਹਨਾਂ ਉਹਨਾਂ ਦਿਖ ਰਹੇ ਸੀਗੇ ਉੱਪਰ ਸੁਪਰੀਮ ਕੋਰਟ ਦਾ ਡੰਡਾ ਸੀ ਉਹ ਨਹੀਂ ਦਿਖ ਰਿਹਾ ਸੀ ਸੁਪਰੀਮ ਕੋਰਟ ਦੀ ਸਿੱਧੀ ਤਾੜਨਾ ਕਿ ਪੂਰੇ ਦੇਸ਼ ਦੇ ਵਿੱਚ ਇੱਕ ਰੇਟ ਕਿਉਂ ਨਹੀਂ ਵੈਕਸੀਨ ਦਾ ਜੀ ਸੁਪਰੀਮ ਕੋਰਟ ਦਾ ਸਿੱਧਾ ਸਵਾਲ ਕਿ ਗਲੋਬਲ ਟੈਂਡਰਾਂ ਦੇ ਨਾਂ ਤੇ ਸੁਬਿਆਂ ਨੂੰ ਕਿਉਂ ਉਲਝਾਇਆ ਕੇਂਦਰ ਕਿਉਂ ਨਹੀਂ ਖਰੀਦ ਕੇ ਦਵਾਈ ਦੇ ਰਿਹਾ ਸੁਪਰੀਮ ਕੋਰਟ ਦਾ ਸਿੱਧਾ ਸਵਾਲ ਕਿ ਤੁਸੀਂ ਰਜਿਸਟ੍ਰੇਸ਼ਨ ਵਾਲਾ ਖੇਡ ਕਿਉਂ ਪਾਇਆ ਜਿਨ੍ਹਾਂ ਲੋਕਾਂ ਕੋਲ ਮੋਬਾਈਲ ਨਹੀਂ ਉਹ ਕਿਵੇਂ ਰਜਿਸਟਰ ਕਰਾਉਣਗੇ ਕਿ ਹਾਂ ਅਸੀਂ ਵੈਕਸੀਨ ਲਗਵਾਉਣੀ ਆ 18 ਤੋਂ ਉੱਪਰ ਵਾਲਿਆਂ ਦੇ ਲਈ ਵੈਕਸੀਨ ਸਹੀ ਕਿਉਂ ਨਹੀਂ ਜੇ ਤੁਸੀਂ 45 ਤੋਂ ਉੱਪਰ ਵਾਲਿਆਂ ਲਈ ਮੁਫਤ ਦੀ ਸਹੂਲਤ ਲੈ ਕੇ ਆਏ ਸੀ ਤਾਂ 18 ਪਲੱਸ ਵਾਲਿਆਂ ਲਈ ਕਿਉਂ ਨਹੀਂ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਗੱਲ ਸਾਹਮਣੇ ਆਏ ਦੋ ਗੱਲਾਂ ਆ ਜੇ ਵੀ ਦੇਖੋ ਸਮਝਣ ਵਾਲੀਆਂ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਹੁਣ ਸਾਰੇ ਸੂਬਿਆਂ ਨੂੰ ਵੈਕਸੀਨ ਮੁਫਤ ਮਿਲੇਗੀ ਫੇਰ ਨਾਲ ਹੀ ਕਿਹਾ ਕਿ ਜਿਹੜੀ ਵੀ 50% ਪਹਿਲਾਂ ਅਸੀਂ ਖੁੱਲੇ ਬਾਜ਼ਾਰ ਛੱਡੀ ਸੀ ਹੁਣ ਉਹ 25% ਛੱਡਾਂਗੇ ਇਹਦਾ ਮਤਲਬ 25% ਅਜੇ ਵੀ ਵੇਚਣੀ ਹੈ ਅਜੇ ਵੀ ਪੂਰੀ ਤਰ੍ਹਾਂ ਮੁਫਤ ਨਹੀਂ ਹੈ ਇਹਦਾ ਮਤਲਬ ਪਹਿਲਾਂ 100% ਦੇ ਵਿੱਚੋਂ ਕਿਹਾ ਸੀ ਕਿ 50% ਸੁੱਬਾ ਸੁੱਬੇ ਖਰੀਦ ਲੈਣ ਪ੍ਰਾਈਵੇਟ ادارے ਖਰੀਦ ਲੈਣ ਹਸਤਾਣ ਖਰੀਦ ਲੈਣ 50% ਦੀ ਕੇਂਦਰ ਖਰੀਦੇਗਾ ਹੁਣ ਕਹਿੰਦੇ 75% ਦੀ ਅਸੀਂ ਖਰੀਦਾਂਗੇ 25% ਦੀ ਅਜੇ ਵੀ ਬਾਜ਼ਾਰਾਂ ਛੱਡੀ ਬਾਜ਼ਾਰ ਆਪ ਖਰੀਦੇ ਉਸ ਤੋਂ ਬਾਅਦ ਵੀ ਕਹਿੰਦੇ ਕਿ ਹੁਣ ਹਰੇਕ ਦੇ ਮੁਫਤ ਲੱਗਣੀ ਆ ਪਰ ਜਿਹੜਾ ਪ੍ਰਾਈਵੇਟ ਹਸਪਤਾਲ ਆ ਉਹ ਵੈਕਸੀਨ ਦੀ ਜਿਹੜੀ ਸਹੀ ਕੀਮਤ ਆ ਉਸ ਤੋਂ ਉੱਪਰ ਸਿਰਫ 150 ਰੁਪਏ ਵਸੂਲ ਸਕਦਾ ਜਿਹੜੇ ਉਹਦੇ ਸਰਵਿਸ ਚਾਰਜ ਵੜਨ ਕਿ ਉਹਨੇ ਸਰਿੰਜ ਲਾਈ ਆਪਣਾ ਪੰਬਾ ਲਾਇਆ ਆਪਣੀ ਦਵਾਈ ਲਈ ਜਾਂ ਨਰਸ ਨੇ ਫੋਟੋ ਵੀ ਖਚਾਈ ਜਾਂ ਹੈ ਨਾ ਉਹ ਸਾਰਾ ਕੁਝ ਏਸੀ ਵਾਲੇ ਕਮਰੇ ਚ ਸੋ ਉਹਦਾ 150 ਰੁਪਏ ਇਦਾਂ ਮਤਲਬ ਪ੍ਰਾਈਵੇਟ ਹਸਪਤਾਲ ਅਜੇ ਵੀ ਤੁਹਾਨੂੰ ਕਰੋਨਾ ਦੀ ਦਵਾਈ ਦੇ ਚਾਰਜ ਵੀ ਵਸੂਲਣਗੇ ਜੀ ਤੇ 150 ਵੀ ਵਸੂਲਣਗੇ ਹੁਣ ਸਵਾਲ ਆਉਂਦਾ ਕਿ ਇਹ ਉਹ ਸਮਾਂ ਕੌਮਤਾ ਜੀ ਜਦੋਂ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੈਕਸੀਨ ਪਹੁੰਚੀ ਉੱਥੇ ਤੇ ਲੋਕਾਂ ਨੇ ਕਤਾਰਾਂ ਬੱਦੀ ਖੜਕੇ ਲਵਾਈ ਚਾਹੇ ਜੇ ਅੰਕੜੇ ਬਹੁਤ ਥੋੜੇ ਨੇ ਜੀ ਪਰ ਜਿਨ੍ਹਾਂ ਨੇ ਲਵਾ ਲਈ ਉਹ ਸੁਭਿਆਂ ਨੇ ਜਿਹੜੀ ਅਦੇਗੀ ਕਰ ਦਿੱਤੀ ਕੀ ਉਹ ਅਦੇਗੀ ਨਰਿੰਦਰ ਮੋਦੀ ਵਾਪਸ ਕਰਨਗੇ ਇਸ ਦੌਰਾਨ ਜਿਹੜੀ 150 ਵਾਲੀ ਵੈਕਸੀਨ ਪੰਜਾਬ ਨੇ 400 ਦੀ ਖਰੀਦੀ ਜਿਹੜੀ ਵੈਕਸੀਨ ਹਰਿਆਣਾ ਨੇ 400 ਦੀ ਖਰੀਦੀ ਹਿਮਾਚਲ ਨੇ ਖਰੀਦੀ ਮਹਾਰਾਸ਼ਟਰ ਨੇ ਖਰੀਦੀ ਦਿੱਲੀ ਨੇ ਖਰੀਦੀ ਪੱਛਮੀ ਬੰਗਾਲ ਨੇ ਖਰੀਦੀ ਹੋਰ ਸਾਰੇ ਸੂਬਿਆਂ ਨੇ ਕੇਂਦਰ ਦੀ 150 ਵਾਲੀ ਸ਼ੀਸ਼ੀ 400 ਦੀ ਖਰੀਦੀ ਜਿਹਦੇ ਪਿੱਛੇ 266% ਦੀ ਕਮਾਈ ਕੀਤੀ ਜੀ ਕੇਂਦਰ ਨੇ ਉਹ ਕਮਾਈ ਮੋੜਨਗੇ ਕਿ ਭਾਈ ਬਣਦੀ 150 ਦੀ ਸੀ ਅਸੀਂ ਮੁਨਾਫਾ ਕਮਾਇਆ ਕਿਆ ਚੱਕੋ ਬਾਕੇ ਇਸ ਮੌਕੇ ਵੀ ਮੁਨਾਫੇ ਦੀਆਂ ਸਕੀਮਾਂ ਇਸ ਮੌਕੇ ਕਰੋਨਾ ਨਾਲ ਜੂਝਣ ਲਈ ਜਿਹੜੀ ਵੀ ਕੋਈ ਦਵਾਈ ਸੀ ਉਸ ਦਵਾਈ ਤੇ ਜੀਐਸਟੀ ਕਿਤੇ ਮਾਫ ਨਹੀਂ ਹੋਇਆ ਹੁਣ ਤੁਸੀਂ ਇਸ ਦਵਾਈ ਦੇ 150 ਵਾਲੀ ਦੇ 4 406 600 ਲੈਂਦੇ ਰਹੇ ਹੁਣ ਜਦੋਂ ਲਹਿਰ ਘਟੀ ਕਰੋਨਾ ਦਾ ਅਸਰ ਘਟਿਆ ਤਾਂ ਤੁਸੀਂ ਸਕੀਮ ਲਿਆਏ ਉਹ ਸਕੀਮ ਵੀ ਤੁਸੀਂ ਆਪ ਨਹੀਂ ਲੈ ਕੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਝਾੜਾਂ ਤੋਂ ਬਾਅਦ ਲੈ ਕੇ ਆਏ ਸੋ ਇਸ ਲਈ ਆਪਣੇ ਆਪ 'ਤੇ ਸਵਾਲ ਕਈ ਖੜੇ ਹੁੰਦੇ ਨੇ ਕੇਂਦਰ ਸਰਕਾਰ ਇਸ ਮੌਕੇ ਕਈ ਮਸਲਿਆਂ ਤੇ ਕਿਰੀ ਹੋਈ ਸੀ ਉਸ ਮਸਲੇ 'ਚੋਂ ਆਪਣੀ ਜਾਨ ਛਡਾਉਣ ਲਈ ਹੁਣ ਕੱਲ ਇਹ ਫੈਸਲਾ ਆਇਆ ਇਹ ਦੇਸ਼ਿਤ ਲਈ ਨਹੀਂ ਆਇਆ ਆਪਣੀ ਸਰਕਾਰ ਦੀ ਛਾਖ ਬਚਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਕੱਲ ਨੂੰ ਪਰਸੋਂ ਨੂੰ ਜਦੋਂ ਜਾ ਕੇ ਸਾਰਾ ਮਾਮਲਾ ਰੱਖਣਾ ਕਿ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਸੀ ਇਹ ਆਹ ਲੋ ਸਾਰੀਆਂ ਪੂਰੀਆਂ ਕਰਤੀਆਂ ਕੀਮਤ ਇੱਕ ਕਰਤੀ ਦੇਸ਼ ਦੇ ਵਿੱਚ ਹੈ ਅਸੀਂ ਹੁਣ ਗਲੋਬਲ ਟੈਂਡਰ ਵਾਲਾ ਮਸਲਾ ਹੱਲ ਕਰ ਲਿਆ ਕੇਂਦਰੀ ਖਰੀਦੂਗਾ 18 ਪਲੱਸ ਤੋਂ ਵੱਧ ਵਾਲਾ ਦਾ ਮਸਲਾ ਸੀ ਅਸੀਂ ਉਹਦਾ ਵੀ ਸੋ ਸਾਰੇ ਜਵਾਬ ਤਿਆਰ ਕੀਤੇ ਨੇ ਜਿਹੜੇ ਸੁਪਰੀਮ ਕੋਰਟ 'ਚ ਦੇਣੇ ਨੇ ਸੋ ਇਸ ਲਈ ਕੱਲ ਕੇਂਦਰ ਜਿਹੜੀ ਉਸ ਭੁਮਕਾ 'ਚ ਆਇਆ ਇੱਕ ਗੱਲ ਹੋਰ ਕਮਿਤਾ ਜੀ ਸਪਰੀਮ ਕੋਰਟ ਨੇ ਸਭ ਤੋਂ ਵੱਡਾ ਸਵਾਲ ਕੇਂਦਰ ਨੂੰ ਪੁੱਛਿਆ ਸੀ ਜਿਹੜਾ ਅਸੀਂ ਖਬਰਾਂ ਦੀ ਖਬਰ 'ਚ ਅਕਸਰ ਪੁੱਛਦੇ ਸੀ ਕਿ 35000 ਕਰੋੜ ਦਾ ਕੀ ਬਣਿਆ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ 35000 ਕਰੋੜ ਰੱਖਿਆ ਤੇ ਉਹਦੇ ਨਾਲ ਅਸੀਂ ਬਜਟ ਦੇ ਵਿੱਚ ਉਹਦੇ ਨਾਲ ਅਸੀਂ ਵੈਕਸੀਨ ਖਰੀਦਾਂਗੇ ਉਹ 35000 ਕਰੋੜ ਦਾ ਕੀ ਬਣਿਆ ਇਹ ਸਵਾਲ ਸੁਪਰੀਮ ਕੋਰਟ ਨੇ ਵੀ ਪੁੱਛਿਆ ਜੀ ਕਿ ਉਹ 35000 ਕਰੋੜ ਕਿੱਥੇ ਆ ਤੁਸੀਂ ਉਹਦੇ ਨਾਲ ਵੈਕਸੀਨ ਖਰੀਦ ਕੇ ਦੇਣੀ ਸੀ ਫਿਰ ਸੁੱਬੇ ਆਪਣਾ ਖਰਚ ਕਿਉਂ ਕਰਨ ਸੋ ਇਸ ਲਈ ਉਹ ਸਾਰੀਆਂ ਚੀਜ਼ਾਂ ਦੇ ਜਵਾਬ ਦੇਣ ਲਈ ਕੱਲ ਰਾਸਤੇ ਨਾਲ ਸੋਧਨ ਕਰਦੇ ਹੇ ਪ੍ਰਧਾਨ ਮੰਤਰੀ ਸਾਹਮਣੇ ਨਜ਼ਰ ਆਏ ਸੋ ਫੈਸਲਾ ਸਹੀ ਹੈ ਜੀ ਇਹ ਜ਼ਿੰਮੇਵਾਰੀ ਹੈ ਕੇਂਦਰ ਦੀ ਕੇਂਦਰ ਕੋਈ ਆਸਾਨ ਨਹੀਂ ਕਰ ਰਿਹਾ ਕਿਸੇ ਤੇ ਕੇਂਦਰ ਦੇਸ਼ ਦੇ ਨਾਗਰਿਕਾਂ ਦੇ ਰਾਸ਼ਨ ਵਾਲਾ ਕੱਲੀ ਵਿੱਚ ਐਲਾਨ ਕੀਤਾ ਕਿ ਜਿਹੜਾ ਗਰੀਬਾਂ ਨੂੰ ਰਾਸ਼ਨ ਮਿਲਦਾ ਉਹ ਹੁਣ ਦੀਵਾਲੀ ਤੱਕ ਨਵੰਬਰ ਤੱਕ ਦੇਵਾਂਗੇ ਮੁਫਤ ਰਾਸ਼ਨ ਤੇ ਜਦੋਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਘਰ ਘਰ ਰਾਸ਼ਨ ਪਹੁੰਚਾਉਣਾ ਉਹ ਕਹਿੰਦਾ ਕਮਾਲ ਹੈ ਬਰਗਰ ਘਰੇ ਪਹੁੰਚਦਾ ਹੈ ਪੀਜ਼ਾ ਘਰੇ ਪਹੁੰਚਦਾ ਹੈ ਹੈ ਹੋਰ ਖਾਣੇ ਦੀਆਂ ਚੀਜ਼ਾਂ ਘਰੇ ਪਹੁੰਚਦੀਆਂ ਤੇ ਲੋੜਵੰਦਾਂ ਲਈ ਰਾਸ਼ਨ ਅਸੀਂ ਘਰੇ ਕਿਉਂ ਨਹੀਂ ਪਹੁੰਚਾ ਸਕਦੇ ਸੋ ਕੀ ਉੱਥੇ ਉਹ ਡਿਪੂ ਹੋਲਡਰਾਂ ਨਾਲ ਕੋਈ ਖੇਡ ਚੱਲਦਾ ਉਹ ਕੀ ਮਸਲਾ ਹੈ ਫਿਰ ਜਿਹਦੇ ਪਰ ਕੇਂਦਰ ਨੇ ਉਹਨੂੰ ਰੋਕਿਆ ਪਰ ਹੁਣ ਆਪ ਕੱਲ੍ਹ ਐਲਾਨ ਕੀਤਾ ਕਿ ਅਸੀਂ ਮੁਫਤ ਸਕੀਮ ਜਾਰੀ ਰੱਖਾਂਗੇ ਸੋ ਕੀਏ ਨਾਲ-ਨਾਲ ਇਸ ਮਹਾਮਾਰੀ ਦੇ ਵਿੱਚ ਵੀ ਨਾਲ-ਨਾਲ ਵੋਟਾਂ ਪੱਕੀਆਂ ਕਰਨ ਦੀ ਖੇਡ ਵੀ ਹੈ ਸੋ ਇਸ ਲਈ ਅਜਿਹਾ ਜਿਤਾਉਣ ਦੀ ਕੋਸ਼ਿਸ਼ ਕੇਂਦਰ ਨੇ ਕੱਲ੍ਹ ਕੀਤੀ ਕਿ ਤੁਹਾਡੀ ਜ਼ਿੰਦਗੀ ਅਸੀਂ ਬਚਾ ਰਹੇ ਹਾਂ ਤੁਹਾਡੇ ਟੀਕਾ ਮੁਫਤ ਅਸੀਂ ਲਾ ਰਹੇ ਹਾਂ ਪਾਈ ਜੇ ਕੇਂਦਰ 150 ਦੀ ਵੀ ਖਰੀਦ ਰਿਆ ਉਹ ਵੀ ਦੇਸ਼ ਦੇ ਟੈਕਸ ਚੋਂ ਹੀ ਖਰੀਦ ਰਿਆ ਜੀ ਜੇਕਰ ਸੂਬੇ 400 ਦਾ ਖਰੀਦ ਰਹੇ ਸੀ ਉਹ ਵੀ ਦੇਸ਼ ਦੇ ਟੈਕਸ ਚੋਂ ਹੀ ਖਰੀਦ ਰਹੇ ਸੀ ਸੋ ਇਸ ਲਈ ਕੋਈ ਵੀ ਸਰਕਾਰ ਸੂਬਿਆਂ ਦੀ ਜਾਂ ਕੇਂਦਰ ਦੀ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਨਾ ਕਰੇ ਕਿ ਉਹ ਟੀਕਾ ਮੁਫਤ ਲਾ ਰਹੇ ਨੇ ਮੁਫਤ ਨਹੀਂ ਲੱਗ ਰਿਹਾ ਸਾਡੇ ਤੁਹਾਡੇ ਟੈਕਸ ਦਿੱਤੇ ਹੋਏ ਪੈਸਿਆਂ ਚੋਂ ਹੀ ਸਾਡੇ ਟੀਕਾ ਲੱਗ ਰਿਹਾ ਇਹ ਵੱਖਰੀ ਗੱਲ ਸੀ ਕਿ ਬਾਧੂ ਟੀਕੇ ਵੀ ਲੱਗਦੇ ਰਹੇ ਕਿ ਵੈਕਸੀਨ ਦੇ ਨਾਂ ਦੇ ਉੱਤੇ ਕੇਂਦਰ ਵੀ ਕਮਾ ਗਿਆ ਤੇ ਪੰਜਾਬ ਵੀ ਕਮਾਉਣ ਲੱਗਿਆ ਜਦੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਲੱਗ ਪਿਆ